ਇਹ ਵੀਡੀਓ ਅਪਡੇਟ ਜਿਹੜੀ ਹੈ ਸਾਰੇ ਵਿਦਿਆਰਥੀਆਂ ਦੇ ਲਈ ਹੈ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਬੀਏ ਬੀਐਸਸੀ ਦੇ ਜਿਹੜੇ ਡੇਟਸ਼ੀਟ ਪੇਪਰ ਸੀਗੇ ਜਿਹੜੇ ਪਹਿਲਾਂ 28 ਤਰੀਕ ਨੂੰ ਹੋਣੇ ਸੀ ਉਹ ਯੂਨੀਵਰਸਿਟੀ ਵੱਲੋਂ ਜਿਹੜਾ ਹੁਣ ਨਵਾਂ ਨੋਟਿਸ ਜਾਰੀ ਕਰ ਦਿੱਤਾ ਗਿਆ ਉਸ ਦੇ ਵਿੱਚ ਜਿਹੜੀਆਂ ਡੇਟਸ ਨੇ ਉਹ 6 ਤਰੀਕ ਦਿਨ ਰੱਖੇ ਗਈਆਂ ਹਨ ਬੀਏ ਬੀਐਸਸੀ ਜਨਰਲ ਜਿਹੜਾ ਪਹਿਲੇ ਸੈਮੈਸਟਰ ਦੇ ਪੇਪਰ ਹਨ ਇਹ ਰਿਵਾਈਜ਼ਡ ਡੇਟ ਸ਼ੀਟ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ ਹੈ ਔਰ 27 ਤਰੀਕ ਨੂੰ ਨੋਟਿਸ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਇਹ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਮ ਸਬੰਧਤ ਰੱਖਦੇ ਹਨ ਉਹਨਾਂ ਦੇ ਲਈ ਇੰਪੋਰਟੈਂਟ ਨੋਟੀਫਿਕੇਸ਼ਨ ਤੁਹਾਨੂੰ ਦੱਸਣੀ ਜ਼ਰੂਰੀ ਲਾਜ਼ਮੀ ਸੀ ਸੋ ਇਹ ਜਿਹੇ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ